ਜਿਹੜੇ ਇੰਟਰਨਲ ਸਿਕਿਉਰਿਟੀ ਕਾਊਂਟਰ ਇੰਟੈਲੀਜੈਂਸ ਵਿੰਗ ਸਾਰੇ ਬੜਾ ਆਪਸ ਦੇ ਵਿੱਚ ਪ੍ਰੋਪਰ ਕੋਆਰਡੀਨੇਸ਼ਨ ਨਾਲ ਕੰਮ ਕਰ ਰਹੇ ਸੀਗੇ। ਅੰਮ੍ਰਿਤਪਾਲ ਸਿੰਘ ਦੇ ਖਿਲਾਫ NSA ਦੇ ਵਾਰੰਟਸ ਜਿਹੜੇ ਨੇ ਇਸ਼ੂ ਕੀਤੇ ਹੋਏ ਸੀ ਕੋਰਟ ਨੇ, ਤੋ ਅੱਜ ਸਵੇਰੇ ਅੰਮ੍ਰਿਤਪਾਲ ਸਿੰਘ ਨੂੰ ਡਿਟੇਨ ਕੀਤਾ ਗਿਆ, NSA ਦੇ ਜਿਹੜੇ ਵਾਰੰਟਸ ਆ ਉਹਨਾਂ ਨੂੰ ਐਗਜੀਕਿਊਟ ਕਰਕੇ ਉਹਦੇ ਅੰਡਰ ਡਿਟੇਨ ਕੀਤਾ ਗਿਆ, ਔਰ ਫਰਦਰ ਇਸ ਕੇਸ ਦੇ ਵਿੱਚ ਜਿਹੜਾ ਵਾ ਕਾਨੂੰਨ ਦੇ ਅਨੁਸਾਰ ਅੱਗੇ ਕਾਰਵਾਈ ਹੋਊਗੀ। ਲੋਕਾਂ ਨੇ, ਪਬਲਿਕ ਨੇ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਲੋਕਾਂ ਦਾ, ਜਿਨ੍ਹਾਂ ਨੇ ਇਸ ਪੂਰੇ ਦੌਰ ਦੇ ਦੌਰਾਨ ਪੰਜਾਬ ਦੇ ਵਿੱਚ ਕਮਿਊਨਲ ਹਾਰਮਨੀ, ਪੀਸ ਮੇਨਟੇਨ ਕੀਤੀ ਹੈ, ਔਰ ਪੰਜਾਬ ਪੁਲਿਸ ਵੀ ਕਮਿਟਡ ਆ ਪੰਜਾਬ ਦੇ ਵਿੱਚ ਕਮਿਊਨਲ ਹਾਰਮਨੀ ਅਤੇ ਪੀਸ ਮੇਨਟੇਨ ਕਰਨ ਵਾਸਤੇ। ਔਰ ਕੁਛ ਜਿਹੜੇ ਹੈਗੇ ਨੇ ਐਲੀਮੈਂਟਸ, ਉਹਨਾਂ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਜਿਹੜਾ ਵਾ ਖਰਾਬ ਨਹੀਂ ਹੋਣ ਦਿੱਤਾ ਜਾਏਗਾ, ਕਿਸੇ ਨੂੰ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਅੰਮ੍ਰਿਤਪਾਲ ਸਿੰਘ ਨੂੰ ਅੱਜ ਸਵੇਰੇ ਕਰੀਬ 6:45 'ਤੇ ਰੋਡੇ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ। ਪੰਜਾਬ ਪੁਲਿਸ ਅਤੇ ਇੰਟੈਲੀਜੈਂਸ ਵਿੰਗ ਦੇ ਕੋਲ ਇਹ ਕੰਕਰੀਟ ਇਨਫੋਰਮੇਸ਼ਨ ਸੀ ਓਪਰੇਸ਼ਨਲ ਇਨਪੁੱਟਸ ਦੇ ਬੇਸਿਸ ਦੇ ਉੱਤੇ ਕਿ ਉਹ ਰੋਡੇ ਪਿੰਡ ਦੇ ਵਿੱਚ ਜਿਹੜਾ ਵਾ ਪ੍ਰੈਜੈਂਟ ਆ, ਉਹਨੂੰ ਪੁਲਿਸ ਨੇ ਸਾਰੇ ਪਾਸੇ ਤੋਂ ਨਾਕਾਬੰਦੀ ਕਰਕੇ ਪਿੰਡ ਨੂੰ ਘੇਰਿਆ ਹੋਇਆ ਸੀਗਾ। ਪਰ ਕਿਉਂਕਿ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਸੀਗਾ, ਤੋ ਗੁਰਦੁਆਰਾ ਸਾਹਿਬ ਦੀ ਮਰਿਆਦਾ ਜਿਹੜੀ ਆ ਉਹ ਸੁਪਰੀਮ ਆ, ਉਹਨੂੰ ਮੇਨਟੇਨ ਕਰਨਾ ਸਾਰਿਆਂ ਦਾ ਹੀ ਸਾਡਾ ਫਰਜ਼ ਆ ਕਿ ਕਿਸੇ ਵੀ ਤਰ੍ਹਾਂ ਦਾ ਮਰਿਆਦਾ ਦੇ ਨਾਲ ਕੋਈ ਛੇੜਛਾੜ ਨਹੀਂ ਹੋ ਸਕਦੀ। ਸੋ ਉਸ ਸੰਬੰਧ ਦੇ ਵਿੱਚ ਜਦੋਂ ਇਹ ਕਨਵੇ ਹੋ ਗਿਆ ਕਿ ਸਾਰੇ ਪਾਸੇ ਤੋਂ ਘਿਰ ਗਿਆ ਹੈ ਔਰ ਕੋਈ ਚਾਰਾ ਅਸਕੇਪ ਦਾ ਉੱਥੋਂ ਨਹੀਂ ਹੈਗਾ, ਉਸ ਤੋਂ ਬਾਅਦ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਕਰੀਬ 6:45 'ਤੇ, ਜਿਸ ਤਰ੍ਹਾਂ ਮੈਂ ਦੱਸਿਆ NSA ਦੇ ਅਧੀਨ ਗ੍ਰਿਫਤਾਰ ਕੀਤਾ ਗਿਆ। ਉਸ ਤੋਂ ਬਾਅਦ ਡਿਟੇਨ ਕਰਕੇ ਉਹ ਵਾਰੰਟ ਐਗਜੀਕਿਊਟ ਕਰਕੇ ਉਹਨੂੰ ਦਿਬਰੂਗੜ੍ਹ ਵਾਸਤੇ ਜਿਹੜਾ ਰਵਾਨਾ ਪੰਜਾਬ ਪੁਲਿਸ ਨੇ ਕਰ ਦਿੱਤਾ ਹੈ। ਇਹ ਜਿਹੜਾ ਜੁਆਇੰਟ ਓਪਰੇਸ਼ਨ ਸੀਗਾ ਪੰਜਾਬ ਪੁਲਿਸ ਦਾ ਅਤੇ ਇੰਟੈਲੀਜੈਂਸ ਵਿੰਗ ਦਾ, ਪੰਜਾਬ ਪੁਲਿਸ ਕੋ ਜੋ ਲਗਾਤਾਰ ਪੰਜਾਬ ਪੁਲਿਸ ਨੇ ਇਸ ਕੇਸ ਮੇਂ ਦਬਾਅ ਬਣਾਇਆ ਹੋਇਆ ਥਾ ਪਿਛਲੇ 35 ਦਿਨ ਸੇ, ਸਾਰੇ ਹੀ ਪੰਜਾਬ ਪੁਲਿਸ ਕੇ ਜੋ ਵਿੰਗਸ ਥੇ ਵੋ ਪ੍ਰੋਪਰ ਕੋਆਰਡੀਨੇਸ਼ਨ ਕੇ ਸਾਥ ਕਾਮ ਕਰ ਰਹੇ ਥੇ, ਜਿਸਮੇਂ ਇੰਟੈਲੀਜੈਂਸ ਵਿੰਗ ਹੈ, ਬਾਕੀ ਸਾਰੇ ਹਮਾਰੇ ਵਿੰਗਸ ਹੈ। ਅੰਮ੍ਰਿਤਪਾਲ ਸਿੰਘ ਕੇ ਖਿਲਾਫ NSA ਕੇ ਵਾਰੰਟਸ ਇਸ਼ੂ ਹੋਏ ਥੇ, ਇਨ ਵਾਰੰਟਸ ਕੋ ਆਜ ਸੁਬਹਾ ਐਗਜੀਕਿਊਟ ਕੀਆ ਗਿਆ ਹੈ, ਉਸਕੀ ਗ੍ਰਿਫਤਾਰੀ ਜੋ ਹੈ NSA ਕੇ ਅਧੀਨ ਕੀ ਗਈ ਹੈ। ਫਰਦਰ ਇਸਮੇਂ ਜੋ ਲਾਅ ਹੈ ਆਪਣੀ ਜੋ ਆਪਣੇ ਪੇਸ ਪੇ ਡਿਊ ਪ੍ਰੋਸੈਸ ਕੇ ਸਾਥ ਲਾਅ ਕਾਮ ਕਰੇਗਾ। ਇਸਮੇਂ ਪੰਜਾਬ ਕੇ ਲੋਗੋ ਨੇ ਇਸ ਪੂਰੇ ਓਪਰੇਸ਼ਨ ਕੇ ਦੌਰਾਨ ਪੰਜਾਬ ਮੇਂ ਕਮਿਊਨਲ ਹਾਰਮਨੀ ਪੀਸ ਕੋ ਮੇਨਟੇਨ ਕੀਆ ਹੈ। ਹਮ ਆਪਣੀ ਤਰਫ ਸੇ ਪੂਰੇ ਪੰਜਾਬ ਕੇ ਲੋਗੋ ਕਾ ਧੰਨਵਾਦ ਕਰਤੇ ਹੈ, ਜਿਨ੍ਹੋਨੇ ਇੱਕ ਕਮਿਊਨਲ ਹਾਰਮਨੀ ਔਰ ਪੀਸ ਮੇਨਟੇਨ ਕੀ ਹੈ ਇਨ ਦਿਨੋਂ ਮੇਂ, ਔਰ ਪੰਜਾਬ ਪੁਲਿਸ ਕਮਿਟਡ ਹੈ ਪੰਜਾਬ ਮੇਂ ਪੀਸ ਮੇਨਟੇਨ ਕਰਨੇ ਕੋ, ਔਰ ਪੰਜਾਬ ਪੁਲਿਸ ਨੇ ਇਨ ਦਿਨੋਂ ਮੇਂ ਲਾਅ ਐਂਡ ਆਰਡਰ ਕੋ ਪੂਰੀ ਤਰ੍ਹਾਂ ਸੇ ਮੇਨਟੇਨ ਕੀਆ ਹੈ। ਸਾਥ ਕੇ ਸਾਥ ਮੈਂ ਉਨ ਐਲੀਮੈਂਟਸ ਕੋ ਜੋ ਮਿਸਚੀਵੀਅਸ ਐਲੀਮੈਂਟਸ ਹੈ ਜੋ ਪੰਜਾਬ ਕਾ ਮਾਹੌਲ ਖਰਾਬ ਕਰਨਾ ਚਾਹਤੇ ਹੈ, ਉਨਕੋ ਵਾਰਨ ਕਰਤੇ ਹੈ ਪੰਜਾਬ ਪੁਲਿਸ ਕੀ ਤਰਫ ਸੇ ਕਿ ਕਿਸੀ ਕੋ ਪੰਜਾਬ ਕਾ ਮਾਹੌਲ ਖਰਾਬ ਕਰਨੇ ਕੀ ਇਜਾਜ਼ਤ ਨਹੀਂ ਦੀ ਜਾਏਗੀ। ਸਪੈਸ਼ਲ ਓਪਰੇਸ਼ਨਲ ਇਨਪੁੱਟਸ ਹਮਾਰੇ ਪਾਸ ਥੇ, ਜਿਸਮੇਂ ਪੰਜਾਬ ਪੁਲਿਸ ਔਰ ਪੰਜਾਬ ਪੁਲਿਸ ਕੇ ਜੋ ਇੰਟੈਲੀਜੈਂਸ ਵਿੰਗ ਹੈ ਉਨਕੇ ਪਾਸ ਥੇ ਕਿ ਅੰਮ੍ਰਿਤਪਾਲ ਸਿੰਘ ਰੋਡੇ ਵਿਲੇਜ ਮੇਂ ਪ੍ਰੈਜੈਂਟ ਹੈ, ਸੁਬਹਾ ਇੱਕ ਓਪਰੇਸ਼ਨ ਚਲਾ ਕੇ ਜਿਸਮੇਂ ਪੂਰੇ ਵਿਲੇਜ ਕੋ ਪ੍ਰੋਪਰ ਤਰੀਕੇ ਸੇ ਪੂਰੇ ਸੰਜਮ ਕੇ ਸਾਥ ਪੇਸ਼ੈਂਸ ਕੇ ਸਾਥ ਕੋਆਰਡਨ ਕਰਕੇ, ਔਰ ਉਸਕੇ ਬਾਅਦ ਕਿਉਂਕਿ ਸਪੈਸੀਫਿਕ ਇਨਫੋਰਮੇਸ਼ਨ ਥੀ ਕਿ ਅੰਮ੍ਰਿਤਪਾਲ ਸਿੰਘ ਗੁਰਦੁਆਰਾ ਸਾਹਿਬ ਕੇ ਅੰਦਰ ਹੈ, ਗੁਰਦੁਆਰਾ ਸਾਹਿਬ ਕੀ ਜੋ ਮਰਿਆਦਾ ਹੈ ਉਹ ਸਭਸੇ ਸੁਪਰੀਮ ਹੈ, ਤੋ ਉਸਕੋ ਮੇਨਟੇਨ ਕਰਤੇ ਹੋਏ ਇੱਕ ਮੈਸੇਜ ਉਸਕੇ ਪਾਸ ਚਲਾ ਗਿਆ, ਕਨਵੇ ਹੋ ਗਿਆ, ਉਸਕੋ ਪਤਾ ਚਲ ਗਿਆ ਕਿ ਅਬ ਉਹ ਸਾਰੀ ਤਰਫ ਸੇ ਗਿਰ ਚੁੱਕਾ ਹੈ ਔਰ ਉਸਕੇ ਪਾਸ ਐਸਕੇਪ ਕਰਨੇ ਕਾ ਕੋਈ ਰੂਟ ਨਹੀਂ ਹੈ। ਤੋ ਇਸਮੇਂ ਪੰਜਾਬ ਪੁਲਿਸ ਕਾ ਜੋ ਅੰਮ੍ਰਿਤਸਰ ਰੂਰਲ ਪੁਲਿਸ ਹੈ ਔਰ ਇੰਟੈਲੀਜੈਂਸ ਕੇ ਜੋ ਹਮਾਰੇ ਆਫਿਸਰਸ ਹੈ ਉਨਕੇ ਕੋਆਰਡੀਨੇਸ਼ਨ ਸੇ ਸੁਬਹਾ ਉਸਕੋ ਰੋਡੇ ਵਿਲੇਜ ਸੇ ਗ੍ਰਿਫਤਾਰ ਕੀਆ ਗਿਆ ਹੈ। ਗ੍ਰਿਫਤਾਰ ਕਰਨੇ ਕੇ ਬਾਅਦ NSA ਕਾ ਜੈਸੇ ਮੈਨੇ ਬਤਾਇਆ ਵਾਰੰਟ ਐਗਜੀਕਿਊਟ ਕੀਆ ਗਿਆ ਹੈ, ਉਸਮੇਂ ਗ੍ਰਿਫਤਾਰ ਕਰਕੇ ਉਸਕੋ ਦਿਬਰੂਗੜ੍ਹ ਅਸਾਮ ਕੇ ਲੀਏ ਐਜ਼ ਪਰ ਪ੍ਰੋਸੀਜਰ ਐਜ਼ ਪਰ ਲਾਅ ਜੋ ਹੈ ਰਵਾਨਾ ਕਰ ਦਿਆ ਗਿਆ ਹੈ। ਇਸ ਪੂਰੇ ਐਪੀਸੋਡ ਕੇ ਦੌਰਾਨ ਜੋ ਪੰਜਾਬ ਕੇ ਲੋਗੋ ਨੇ ਪੀਸ ਮੇਨਟੇਨ ਕੀ ਹੈ ਉਸਕੇ ਲੀਏ ਪੰਜਾਬ ਪੁਲਿਸ ਕੀ ਤਰਫ ਸੇ ਪੰਜਾਬ ਗਵਰਨਮੈਂਟ ਕੀ ਤਰਫ ਸੇ ਹਮ ਲੋਗੋ ਕੇ ਬਹੁਤ ਥੈਂਕਫੁਲ ਹੈ। ਅੰਡਰ ਰਿਲੈਂਟਲੈਸ ਪ੍ਰੈਸ਼ਰ ਬਾਏ ਪੰਜਾਬ ਪੁਲਿਸ ਫਰੋਮ ਲਾਸਟ 35 ਡੇਜ਼ ਐਂਡ ਆਲ ਦੀ ਵਿੰਗਸ ਆਫ ਪੰਜਾਬ ਪੁਲਿਸ ਦੇ ਹੈਵ ਵਰਕਡ ਇਨ ਕੋਆਰਡੀਨੇਸ਼ਨ ਫੋਰ ਦਿਸ ਸਪੈਸ਼ਲ ਓਪਰੇਸ਼ਨ। ਆਈ ਵੁੱਡ ਜਸਟ ਲਾਈਕ ਟੂ ਐਕਸਪਲੇਨ ਦੈਟ NSA ਵਾਰੰਟਸ ਵਰ ਇਸ਼ੂਡ ਅਗੇਂਸਟ ਅੰਮ੍ਰਿਤਪਾਲ ਸਿੰਘ ਐਂਡ NSA ਵਾਰੰਟਸ ਹੈਵ ਬੀਨ ਐਗਜੀਕਿਊਟਡ ਟੂਡੇ ਮਾਰਨਿੰਗ। ਫਰਦਰ ਲਾਅ ਵਿਲ ਟੇਕ ਇਟਸ ਓਨ ਕੋਰਸ ਇਨ ਦਿਸ ਕੇਸ। ਪੀਪਲ ਇਨ ਪੰਜਾਬ ਦੇ ਹੈਵ ਮੇਨਟੇਨ ਪੀਸ ਐਂਡ ਹਾਰਮਨੀ ਐਂਡ ਪੰਜਾਬ ਪੁਲਿਸ ਐਂਡ ਸਪੈਸ਼ਲੀ ਪੰਜਾਬ ਗਵਰਨਮੈਂਟ ਇਜ਼ ਥੈਂਕਫੁਲ ਟੂ ਦੀ ਪੀਪਲ ਆਫ ਪੰਜਾਬ ਫੋਰ ਮੇਨਟੇਨਿੰਗ ਕਮਿਊਨਲ ਪੀਸ ਕਮਿਊਨਲ ਹਾਰਮਨੀ ਡਿਊਰਿੰਗ ਦਿਸ ਪੀਰੀਅਡ। ਪੰਜਾਬ ਪੁਲਿਸ ਇਜ਼ ਕਮਿਟਡ ਟੂ ਮੇਨਟੇਨ ਲਾਅ ਐਂਡ ਆਰਡਰ ਇਨ ਦੀ ਸਟੇਟ ਆਫ ਪੰਜਾਬ
any mischievous element spreading any type of rumor, they are warned to be careful and strict action would be taken against them. Any such rumor, any such mischief will not be tolerated by Punjab Police. Amritpal Singh has been arrested by Punjab Police at around 6:45 a.m. today morning in village Rode. He was absconding from last about more than 1 month. Special operation was launched. A joint operation was conducted by Amritsar Police and Intelligence Wing of Punjab Police. He was located in village Rode based on operational inputs by Punjab Police, and he was surrounded from all sides. The village was surrounded by Punjab Police. Since he was inside a Gurdwara Sahab, so to maintain sanctity of Gurdwara Sahab is supreme for everyone. So to maintain sanctity, the police did not enter the Gurdwara Sahab, and since he knew that he had no way to escape now, he was surrounded by Punjab Police from all sides. The village was surrounded by Punjab Police. So he was arrested at around 6:45. He has been taken to Dibrugarh under NSA, and further the law will take its own course. We are thankful to people of Punjab for maintaining peace and harmony during this entire episode. देखो बहुत क्लियर है कि असीं अरेस्ट किया है सारे पासे तो जो घिर गया सीगा उस तो बाद दे विच गिरफ्तार किया गया है अंदर की होया की क्या गया उहदे बारे च टिप्पणी करना वाजिब नहीं है बट जिस तरीके नाल इस पूरे ऑपरेशन नूं प्लान किया गया सीगा जिस तरीके दे कंक्रीट इनपुट सीगे जिस तरीके दे नाल विलेज नूं सराउंड कर लिया गया सीगा क्योंकि सेंटिटी मेनटेन करना सब तो इंपोर्टेंट सीगा गुरद्वारा साहब दी उहदे अंदर पुलिस किसी भी तरीके दे नाल यूनिफॉर्म दे विच एंटर नहीं कर सकती सीगी सो जदों सारे पासे तो घिर गया जदों पता लग गया तो दैन जिहड़ी अरेस्ट आ पॉसिबल होता है देखो ये जिहड़ा ऑपरेशन आ पिछले 35 दिन तो चल रहा सीगा जदों पिछली वारी 28 तरीक नूं हुशियारपुर तो एक्सपॉन्ड किया सीगा सो लगातार ये जिहड़ा ऑपरेशन जारी सीगा क्योंकि एकदम यू कैन से आइडेंटिफाई करना कि बंदा कित्थे होगा पॉसिबल नहीं सीगा पर ਜਿਹੜਾ ਅੱਜ ਵਾਲਾ ਆਪਰੇਸ਼ਨ ਹੋਇਆ ਕੰਕਰੀਟ ਆਪਰੇਸ਼ਨ ਸੀਗਾ ਪ੍ਰੋਪਰ ਇਨਫੋਰਮੇਸ਼ਨ ਸੀਗੀ ਔਰ ਇਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰੋਪਰ ਸੰਜਮ ਦੇ ਨਾਲ ਪੇਸ਼ੈਂਸ ਦੇ ਨਾਲ ਇਹਨੂੰ ਅੰਜਾਮ ਦਿੱਤਾ ਗਿਆ ਉਹ ਸਾਰਾ ਜਿਹੜਾ ਜੀ ਹੁਣ ਤਫਤੀਸ਼ ਦੇ ਦੌਰਾਨ ਕੋਈ ਵੀ ਅੱਗੇ ਜਿਹੜੀ ਡਿਵੈਲਪਮੈਂਟ ਇਸ ਕੇਸ 'ਚ ਹੋਊਗੀ ਉਹ ਟਾਈਮ ਟੂ ਟਾਈਮ ਦੱਸੀ ਜਾਏਗੀ ਫਿਲਹਾਲ ਇਹਨਾਂ ਗ੍ਰਿਫਤਾਰ ਕਰਕੇ NSA ਦੇ ਅੰਦਰ ਉਹਨਾਂ ਨੂੰ ਡਿਬਰੂਗੜ੍ਹ ਭੇਜ ਦਿੱਤਾ ਗਿਆ ਹੈ ਫਰਦਰ ਜੋ ਕਾਰਵਾਈ ਹੋਏਗੀ ਕਾਨੂੰਨ ਦੀ ਸਾਹਿਬ ਉੱਥੇ ਹੀ ਉਹਦੀ ਗ੍ਰਿਫਤਾਰੀ ਹੁੰਦੀ ਆ ਉਹ ਸੰਤ ਜਗਰਾਜ ਸਿੰਘ ਪਿੰਡਰਾਵਾਲਾ ਦੇ ਨਾਮ ਤੇ ਗੁਰਦੁਆਰਾ ਬਣਿਆ ਹੋਇਆ ਉਹਦੇ ਪਿੱਛੇ ਤੁਸੀਂ ਕੀ ਕਹਿਣਾ ਚਾਹੁੰਦੇ ਨਹੀਂ ਇਹਦੇ ਬਾਰੇ ਮੈਂ ਟਿੱਪਣੀ ਨਹੀਂ ਕੋਈ ਕਰਦਾ ਮੈਂ ਤਾਂ ਸਿਰਫ ਜੋ ਤੁਹਾਨੂੰ ਫੈਕਟਸ ਆ ਦੱਸੇ ਆ ਕਿ ਪੰਜਾਬ ਪੁਲਿਸ ਨੇ ਆਪਰੇਸ਼ਨਲ ਇਨਪੁਟਸ ਦੇ ਬੇਸ ਦੇ ਉੱਤੇ ਉਹਨੂੰ ਲੋਕੇਟ ਕੀਤਾ ਲੋਕੇਟ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਮਾਹੌਲ ਹੋ ਗਿਆ ਕਿ ਕੋਈ ਵੇ ਨਹੀਂ ਸੀਗਾ ਸਕੇਪ ਦਾ ਤਾਂ ਉਹਦੇ ਵਿੱਚ ਫਰਦਰ ਉਹਨੂੰ ਗ੍ਰਿਫਤਾਰ ਕੀਤਾ ਸਰ ਅੰਮ੍ਰਿਤਪਾਲ ਪੰਜਾਬ 'ਚ ਸੀਗਾ ਇਹ ਵੀ ਸਾਹਮਣੇ ਆ ਰਿਹਾ ਕਿ ਪਪਲਪ੍ਰੀਤ ਦਾ ਪੂਰਾ ਪਲਾਨ ਇਹ ਸੀਗਾ ਗ੍ਰਿਫਤਾਰੀ ਤੋਂ ਬਾਅਦ ਕਿ ਇੱਕ ਵੱਡਾ ਇੰਟਰਵਿਊ ਵੀ ਕਰਾਉਣਾ ਹੈ ਔਰ ਇਸ ਤਰ੍ਹਾਂ ਦਾ ਸਰੈਂਡਰ ਨਹੀਂ ਕੋਈ ਵੀ ਦੇਖੋ ਇਸ ਕੇਸ ਦੇ ਵਿੱਚ ਅਜੇ ਫਰਦਰ ਕੋਈ ਟਿੱਪਣੀ ਦੇਣਾ ਵਾਜਬ ਨਹੀਂ ਹੈ ਕੋਈ ਡਿਵੈਲਪਮੈਂਟ ਫਰਦਰ ਇਸ ਕੇਸ ਦੇ ਵਿੱਚ ਹੋਏਗੀ ਉਹ ਤੁਹਾਡੇ ਨਾਲ ਟਾਈਮ ਟੂ ਟਾਈਮ ਜਿਹੜੀ ਆਪਾਂ ਸ਼ੇਅਰ ਕਰਦੇ ਰਹਾਂਗੇ ਕਿ ਅੰਮ੍ਰਿਤਪਾਲ ਸਿੰਘ ਜਿਹੜਾ ਉਹ ਗ੍ਰਿਫਤਾਰੀ ਦਿੱਤੀ ਗਈ ਹੈ ਆਪਣੀ ਨਾ ਕਿ ਨਹੀਂ ਮੈਂ ਬਹੁਤ ਦੁਬਾਰਾ ਕਲੀਅਰ ਦੁਬਾਰਾ ਕਲੀਅਰ ਕਰ ਰਿਹਾ ਹਾਂ ਕਿ ਜਿਹੜੇ ਇਨਪੁਟ ਸੀਗੇ ਆਪਰੇਸ਼ਨਲ ਇਨਪੁਟ ਪੰਜਾਬ ਪੁਲਿਸ ਕੋਲੇ ਸੀਗੇ ਔਰ ਉਸੇ ਬੇਸ ਤੇ ਹੀ ਉਹ ਵਿਲੇਜ ਨੂੰ ਜਿਹੜਾ ਵਾ ਸਰਾਊਂਡ ਕੀਤਾ ਗਿਆ ਸੀਗਾ ਔਰ ਉਸ ਵਿਲੇਜ ਨੂੰ ਸਰਾਊਂਡ ਇਸ ਤਰੀਕੇ ਨਾਲ ਕੀਤਾ ਗਿਆ ਸੀਗਾ ਕਿ ਐਸਕੇਪ ਦਾ ਕੋਈ ਵੀ ਰੂਟ ਨਹੀਂ ਸੀਗਾ ਗ੍ਰਿਫਤਾਰ ਕੀਤਾ ਗਿਆ ਵਾ ਪੰਜਾਬ ਪੁਲਿਸ ਵੱਲੋਂ ਸਰ ਅੰਮ੍ਰਿਤਪਾਲ ਗੱਡੀਆਂ ਜੇ ਅੰਮ੍ਰਿਤਪਾਲ ਦੀਆਂ ਉੱਥੇ ਸਮਰਥਕਾਂ ਦੇ ਨਾਲ ਪਹੁੰਚੇ ਸੀ ਇਹ ਵੀ ਪੁਸ਼ਟੀ ਹੈਗੀ ਹੈ ਨਹੀਂ ਇਹਦੇ ਬਾਰੇ ਕੋਈ ਟਿੱਪਣੀ ਅਜੇ ਨਹੀਂ ਦਿੱਤੀ ਜਾ ਸਕਦੀ ਥੈਂਕ ਯੂ ਵੈਰੀ ਮਚ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਲਾਅ ਐਂਡ ਆਰਡਰ ਮੇਨਟੇਨਡ ਆ ਕਮਿਊਨਲ ਹਾਰਮਨੀ ਆ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਪੀਸਫੁਲ ਆ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਕੋਈ ਕਿਸੇ ਤਰ੍ਹਾਂ ਦੀ ਪੋਸੀਬਿਲਿਟੀ ਆ ਨਾ ਹੋਣ ਦਿੱਤੀ ਜਾਊਗੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਡ ਆ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਦੁਬਾਰਾ ਕਹਿੰਦਾ ਕਿ ਪੰਜਾਬ ਦੇ ਲੋਕਾਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਪੰਜਾਬ ਦੇ ਲੋਕਾਂ ਨੇ ਇਸ ਪੂਰੇ ਓਪਰੇਸ਼ਨ ਦੇ ਦੌਰਾਨ ਪੰਜਾਬ ਪੁਲਿਸ ਦਾ ਪੰਜਾਬ ਗਵਰਨਮੈਂਟ ਦਾ ਬਹੁਤ ਸਾਥ ਦਿੱਤਾ ਹੈ ਔਰ ਮੈਨੂੰ ਪੂਰੀ ਉਮੀਦ ਆ ਕਿ ਜਿਸ ਤਰੀਕੇ ਨਾਲ ਪਿੱਛੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਮਿਊਨਲ ਹਾਰਮਨੀ ਅਤੇ ਪੀਸ ਨੂੰ ਮੇਨਟੇਨ ਕੀਤਾ ਹੈ ਅੱਗੇ ਵੀ ਉਸੇ ਤਰੀਕੇ ਦੇ ਨਾਲ ਮੇਨਟੇਨ ਕੀਤਾ ਜਾਵੇ ਦੇਖੋ ਮੈਂ ਇਹਦੇ ਬਾਰੇ ਦੁਬਾਰਾ ਜਿੱਦਾਂ ਮੈਂ ਸਪਸ਼ਟ ਕੀਤਾ ਹੈ ਕਿ ਕਿਸੇ ਨੇ ਕੀ ਕਿਹਾ ਉਹਦੇ ਬਾਰੇ ਮੈਂ ਨਹੀਂ ਕੁਛ ਕਹਿੰਦਾ ਬਟ ਪੰਜਾਬ ਪੁਲਿਸ ਨੇ ਆਪਣੇ ਓਪਰੇਸ਼ਨਲ ਇਨਪੁਟਸ ਦੇ ਬੇਸ 'ਤੇ ਪ੍ਰੋਪਰ ਇਨਫੋਰਮੇਸ਼ਨ ਡਿਵੈਲਪ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਹੈ
नहीं जी ऑपरेशन आ पिछले 35 दिन तो लगातार ऑपरेशन चल रहा है। 35 दिन तो लगातार पंजाब पुलिस दी टीम चाहे वह जिहड़ा मर्जी विंग होवे कोऑर्डिनेशन दे विच काम कर रहे सीगे। हर ऑफिसर हर वेले कोऑर्डिनेशन काम कर रहा सीगा। किसी ना किसी दिन ये किसी दिन के नाल कोई कोइंसिडेंस नहीं है। किसी ना किसी दिन तो यह सक्सैस मिलनी सी पंजाब पुलिस नूं। फॉर्चुनेटली अज सुबह 28 मार्च नूं जब पंजाब दे हुशियारपुर दे पिंड उस तो बाद इन्हें लगातार क्योंकि राजस्थान की भी कॉल आई सी कि राजस्थान की भी देखो ये जिहड़ियां चीजां है ना ये चीजा शेयर नहीं कीतियां जा सकदियां। सो फार इन्ना ही है जो मैं तुम्हें आज दस दिता है। फर्दर जो डेवलपमेंट होगी क्योंकि आप दोबारा फिर शॉर्टली सारा कुछ तफ्तीश चाहिए। अमृतपाल के ऊपर फैमिली प्रेशर है वो कहीं ना कहीं वर्कआउट किया पंजाब पुलिस का जिस तरह से अमृतपाल की जो मैं दोबारा तभी कह रहा हूँ कि पंजाब पुलिस का जो लगातार प्रेशर था इस केस में जो पंजाब पुलिस ने एक लगातार दबाव बनाया हुआ था उस दबाव के तहत ही जो इनपुट्स भी वहीं से आती हैं पंजाब पुलिस के पास सारी फोर्सेस के पास वहीं से इनपुट्स आती हैं। तो अल्टीमेटली आज सुबह हमें ये हमारा ऑपरेशन जो है फाइनली कंप्लीटली सक्सेसफुल हो गया। नहीं आज सिर्फ एक अमृतपाल नो अरेस्ट किया जी जी बिल्कुल जी थैंक यू सो मच जी थैंक यू।